ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਸਟੱਡੀ ਬਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ, ਕੱਲ੍ਹ ਅਸੀਂ ਸਿਵਿਕਸ ਦੇ ਚੈਪਟਰ 3 ਫੀਚਰਸ ਆਫ ਦੀ ਇੰਡੀਅਨ ਕੋਨਸਟੀਟਿਊਸ਼ਨ ਨੂੰ ਡਿਟੇਲ ਵਿੱਚ ਜਾਣਿਆ ਸੀ। ਉਸ ਦੇ ਨਾਲ ਰਿਲੇਟਿਡ ਕੁਝ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ। ਲਾਈਕ ਜ਼ਰੂਰ ਕਰਨਾ, ਫਰੈਂਡਸ ਨਾਲ ਸ਼ੇਅਰ ਕਰਨਾ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਸੋ ਵੱਧਦਿਆਂ ਜੀ ਆਪਣੇ ਪਹਿਲੇ ਪ੍ਰਸ਼ਨ ਵੱਲ। ਪ੍ਰਸ਼ਨ 1 ਹੈ ਜੀ, ਕੈਬਿਨੇਟ ਮਿਸ਼ਨ ਭਾਰਤ ਕਦੋਂ ਆਇਆ ਸੀ? ਆਪਸ਼ਨਸ ਨੇ ਜੀ 1949, ਆਪਸ਼ਨ 2nd 1950, ਥਰਡ ਆਪਸ਼ਨ 1946 ਐਂਡ ਫੋਰਥ ਆਪਸ਼ਨ ਇਜ਼ 1947। ਤਾਂ ਜੋ ਇਸਦਾ ਸਹੀ ਜਵਾਬ ਹੋਏਗਾ ਆਪਸ਼ਨ ਸੀ, ਕੈਬਿਨੇਟ ਮਿਸ਼ਨ 1946 ਵਿੱਚ ਭਾਰਤ ਆਇਆ ਸੀ, ਜੋ ਕਿ ਅਸਲ ਵਿੱਚ ਇੱਕ 3 ਮੈਂਬਰੀ ਕਮੇਟੀ ਸੀ। ਇਸ ਦੇ ਮੈਂਬਰ ਸੀ ਲਾਰਡ ਪੈਂਥਿਕ ਲਾਰੈਂਸ, ਸਰ ਸਟੈਫੋਰਡ ਕ੍ਰਿਪਸ, ਏ ਵੀ ਅਲੈਗਜ਼ੈਂਡਰ। ਇਸੇ ਕਮੇਟੀ ਦੇ ਕਹਿਣੇ 'ਤੇ ਹੀ ਭਾਰਤੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਜੁਲਾਈ 1946 ਵਿੱਚ। ਦੂਸਰਾ ਪ੍ਰਸ਼ਨ ਹੈ ਜੀ, ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? ਪਹਿਲੀ ਆਪਸ਼ਨ ਹੈ ਜੀ 26 ਨਵੰਬਰ 1949, ਸੈਕਿੰਡ ਆਪਸ਼ਨ ਹੈ ਜੀ 26 ਜਨਵਰੀ 1950, ਥਰਡ ਆਪਸ਼ਨ ਹੈ ਜੀ 9 ਦਸੰਬਰ 1946, ਫੋਰਥ ਆਪਸ਼ਨ ਹੈ ਜੀ 15 ਅਗਸਤ 1947। ਤਾਂ ਇਹਦਾ ਸਹੀ ਜਵਾਬ ਹੈ ਜੀ 9 ਦਸੰਬਰ 1946 ਨੂੰ ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਜੀ। ਬਾਕੀ ਆਪਸ਼ਨਸ ਬਾਰੇ ਵੀ ਦੇਖਦੇ ਹਾਂ। ਪਹਿਲੀ ਆਪਸ਼ਨ ਹੈ ਜੀ 26 ਜਨਵਰੀ 1949। ਤਾਂ ਜੀ ਦੱਸਣਾ ਚਾਹੂੰਗਾ ਇਸ ਦਿਨ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਜੀ। ਸੈਕਿੰਡ ਆਪਸ਼ਨ 26 ਜਨਵਰੀ 1950, ਇਸ ਦਿਨ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਜੀ। ਥਰਡ ਆਪਸ਼ਨ 9 ਦਸੰਬਰ 1946, ਇਸੇ ਦਿਨ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਜੀ। ਅਤੇ ਫੋਰਥ ਆਪਸ਼ਨ 15 ਅਗਸਤ 1947, ਇਸ ਦਿਨ ਭਾਰਤ ਆਜ਼ਾਦ ਹੋਇਆ ਸੀ ਜੀ। ਭਾਰਤੀ ਸੰਵਿਧਾਨ ਨੂੰ ਬਣਨ ਦੇ ਲਈ ਕੁੱਲ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ ਜੀ। ਆਪਣਾ ਤੀਸਰਾ ਪ੍ਰਸ਼ਨ ਹੈ ਜੀ, ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਕੌਣ ਸਨ? ਪਹਿਲੀ ਆਪਸ਼ਨ ਹੈ ਜੀ ਡਾਕਟਰ ਰਜਿੰਦਰ ਪ੍ਰਸ਼ਾਦ, ਸੈਕਿੰਡ ਆਪਸ਼ਨ ਡਾਕਟਰ ਸਚਿਦਾਨੰਦ ਸਿਨਹਾ, ਥਰਡ ਆਪਸ਼ਨ ਵੀ ਵੀ ਮਵਲੰਕਰ, ਫੋਰਥ ਆਪਸ਼ਨ ਸਰਦਾਰ ਵੱਲਭ ਭਾਈ ਪਟੇਲ। ਤਾਂ ਇਸਦਾ ਸਹੀ ਜਵਾਬ ਹੈ ਜੀ ਡਾਕਟਰ ਰਜਿੰਦਰ ਪ੍ਰਸ਼ਾਦ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ। ਇਸ ਦੇ ਨਾਲ ਹੀ ਉਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਵੀ ਹੋਏ ਹੈ। ਦੂਸਰੀ ਆਪਸ਼ਨ ਹੈ ਜੀ ਡਾਕਟਰ ਸਚਿਦਾਨੰਦ ਸਿਨਹਾ, ਉਹ ਸੰਵਿਧਾਨ ਸਭਾ ਦੇ ਪਹਿਲੇ ਪ੍ਰਧਾਨ ਸੀ ਜੀ। ਸਿਰਫ 9 ਤੋਂ 11 ਦਸੰਬਰ ਤੱਕ ਐਜ਼ ਏ ਰਿਸਪੈਕਟ ਉਹਨਾਂ ਨੂੰ ਸਿਰਫ 2 ਦਿਨ ਪਹਿਲੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਜੀ। ਵੀ ਵੀ ਮਵਲੰਕਰ ਲੋਕ ਸਭਾ ਦੇ ਪਹਿਲੇ ਸਪੀਕਰ ਹੋਏ ਜੀ, ਅਤੇ ਡਾਕਟਰ ਸਰਦਾਰ ਵੱਲਭ ਭਾਈ ਪਟੇਲ ਜੀ ਆਇਰਨ ਮੈਨ ਆਫ ਇੰਡੀਆ ਦੇ ਨਾਂ ਨਾਲ ਜਾਣੇ ਜਾਂਦੇ, ਲੋਹ ਪੁਰਸ਼ ਭਾਰਤ ਦੇ, ਜਿਨ੍ਹਾਂ ਨੇ 562 ਰਿਆਸਤਾਂ ਨੂੰ ਇਕੱਤਰਿਤ ਕਰਨ ਦਾ ਕੰਮ ਕੀਤਾ ਸੀ ਜੀ। ਤਾਂ ਆਪਣਾ ਅਗਲਾ ਪ੍ਰਸ਼ਨ ਹੈ ਜੀ, ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ? 562, ਸੈਕਿੰਡ ਆਪਸ਼ਨ ਹੈ ਜੀ 299, ਥਰਡ ਆਪਸ਼ਨ ਹੈ ਜੀ 582, ਫੋਰਥ ਆਪਸ਼ਨ ਹੈ ਜੀ 399। ਤਾਂ ਇਸਦਾ ਸਹੀ ਜਵਾਬ ਹੈ ਜੀ ਸੰਵਿਧਾਨ ਸਭਾ ਦੇ ਕੁੱਲ 399 ਮੈਂਬਰ ਸਨ। ਹਾਂ, ਜਦੋਂ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਸੀਗਾ, ਮਤਲਬ 26 ਨਵੰਬਰ 1949, ਉਸ ਦਿਨ ਸਿਰਫ 299 ਮੈਂਬਰ ਸਨ। ਕੱਲ੍ਹ ਆਪਾਂ ਇਸੇ ਬਾਰੇ ਡਿਸਕਸ ਵੀ ਕੀਤਾ ਸੀ। ਐਂਡ ਫਿਫਥ ਆਪਸ਼ਨ ਹੈ ਜੀ, ਫਿਫਥ ਕੁਸ਼ਚਨ ਹੈ ਜੀ, ਭਾਰਤ ਦੀ ਆਜ਼ਾਦੀ ਸਮੇਂ ਕੁੱਲ ਕਿੰਨੀਆਂ ਸੁਤੰਤਰ ਰਿਆਸਤਾਂ ਸਨ? ਸੁਤੰਤਰ ਰਿਆਸਤਾਂ ਜਿਵੇਂ ਇੱਕ ਨਾਭਾ ਰਿਆਸਤ ਸੀ, ਪਟਿਆਲਾ ਰਿਆਸਤ ਸੀ, ਇਸ ਤਰ੍ਹਾਂ ਸੁਤੰਤਰ ਰਿਆਸਤਾਂ ਹੋਇਆ ਕਰਦੀਆਂ ਸੀ ਜੀ। ਪਹਿਲੀ ਆਪਸ਼ਨ ਹੈ ਜੀ 562, 299, 582 ਅਤੇ 399 ਜੀ। ਇਸਦਾ ਸਹੀ ਜਵਾਬ ਹੈ ਜੀ 562 ਸੁਤੰਤਰ ਰਿਆਸਤਾਂ ਸੀ ਜੀ, ਜਿਨ੍ਹਾਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਸੀਗਾ ਜੀ ਸਰਦਾਰ ਵੱਲਭ ਭਾਈ ਪਟੇਲ, ਜਿਨ੍ਹਾਂ ਨੂੰ ਕਿ ਆਇਰਨ ਮੈਨ ਆਫ ਇੰਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਦੀ ਯਾਦ ਵਿੱਚ ਹੀ ਇਹਨਾਂ ਨੂੰ ਸਮਰਪਿਤ ਗੁਜਰਾਤ ਵਿੱਚ ਸਟੈਚੂ ਆਫ ਯੂਨਿਟੀ ਬਣਿਆ ਹੋਇਆ ਜੀ। ਤਾਂ ਆਪਣਾ 6ਵਾਂ ਪ੍ਰਸ਼ਨ ਹੈ ਜੀ, ਮੂਲ ਸੰਵਿਧਾਨ ਵਿੱਚ ਕੁੱਲ ਕਿੰਨੇ ਆਰਟੀਕਲ ਸਨ? ਆਪਸ਼ਨ ਹੈ ਜੀ 395, ਸੈਕਿੰਡ ਆਪਸ਼ਨ 470, ਥਰਡ ਆਪਸ਼ਨ ਹੈ ਜੀ 206 ਐਂਡ ਫੋਰਥ ਆਪਸ਼ਨ ਹੈ ਜੀ 399। ਤਾਂ ਇਸਦਾ ਸਹੀ ਜਵਾਬ ਹੈ ਜੀ ਆਪਸ਼ਨ ਫਸਟ, 395 ਮੈਂਬਰ ਸਨ। ਜੇ ਮੂਲ ਸੰਵਿਧਾਨ ਦੀ ਗੱਲ ਕਰਾਂ
ਤਾਂ ਉਸ ਵਿੱਚ 395 ਆਰਟੀਕਲ 8 ਸ਼ਡਿਊਲਸ ਐਂਡ 22 ਪਾਰਟਸ ਦੇ ਵਿੱਚ ਇਸ ਨੂੰ ਵੰਡਿਆ ਹੋਇਆ ਸੀਗਾ ਜੀ। ਅਤੇ ਜੇ ਮੈਂ ਅੱਜ ਗੱਲ ਕਰਾਂ ਤਾਂ ਅੱਜ ਕੁੱਲ 470 ਆਰਟੀਕਲ ਸਨ, 12 ਇਹਦੇ 'ਚ ਅਨੁਸੂਚੀਆਂ ਜੀ, ਅਤੇ 25 ਭਾਗਾਂ ਦੇ ਵਿੱਚ ਇਸਨੂੰ ਵੰਡਿਆ ਗਿਆ ਜੀ। ਹਾਂਜੀ, ਤਾਂ ਆਪਣਾ ਸੱਤਵਾਂ ਕੁਸ਼ਚਨ ਹੈ ਜੀ, ਭਾਰਤ ਦੀ ਆਜ਼ਾਦੀ ਸਮੇਂ ਕੁੱਲ ਕਿੰਨੇ ਰਾਜ ਅਤੇ ਕਿੰਨੇ ਯੂਨੀਅਨ ਟੈਰੀਟਰੀ ਸਨ? ਪਹਿਲੀ ਆਪਸ਼ਨ ਹੈ ਜੀ 28 ਰਾਜ, 8 ਕੇਂਦਰ ਸ਼ਾਸਿਤ ਪ੍ਰਦੇਸ਼। ਦੂਜੀ ਆਪਸ਼ਨ ਹੈ ਜੀ 14 ਰਾਜ, 6 ਕੇਂਦਰ ਸ਼ਾਸਿਤ ਪ੍ਰਦੇਸ਼। ਥਰਡ ਆਪਸ਼ਨ ਹੈ ਜੀ 17 ਰਾਜ ਅਤੇ 5 ਕੇਂਦਰ ਸ਼ਾਸਿਤ ਪ੍ਰਦੇਸ਼। ਫੋਰਥ ਆਪਸ਼ਨ ਹੈ ਜੀ 12 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼। ਇਸ ਦਾ ਸਹੀ ਜਵਾਬ ਹੈ ਜੀ ਸੈਕਿੰਡ ਆਪਸ਼ਨ। ਉਸ ਸਮੇਂ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਸਨ। ਅੱਜ ਦੀ ਗੱਲ ਕਰੀਏ ਤਾਂ ਅੱਜ ਭਾਰਤ ਵਿੱਚ ਕੁੱਲ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਹਾਂਜੀ, ਤਾਂ ਆਪਣਾ 8ਵਾਂ ਪ੍ਰਸ਼ਨ ਹੈ, ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਐਂਗਲੋ ਇੰਡੀਅਨ ਨਾਮਜ਼ਦ ਕਰਦਾ ਸੀ? ਪਹਿਲੀ ਆਪਸ਼ਨ ਹੈ ਜੀ 2, ਸੈਕਿੰਡ ਆਪਸ਼ਨ ਹੈ ਜੀ 3, ਥਰਡ ਆਪਸ਼ਨ ਹੈ ਜੀ 4 ਐਂਡ ਫੋਰਥ ਆਪਸ਼ਨ ਹੈ ਜੀ 12। ਅਤੇ ਇਸਦਾ ਸਹੀ ਜਵਾਬ ਹੈ ਜੀ ਆਪਸ਼ਨ ਫਸਟ 2। ਅਤੇ ਇਹ ਵੀ ਹੁਣ ਆਪਣੇ 2019 ਦੇ ਵਿੱਚ ਹੋਈ 104th ਅਮੈਂਡਮੈਂਟ ਦੇ ਰਾਹੀਂ ਇਸਨੂੰ ਰਿਮੂਵ ਕਰ ਦਿੱਤਾ ਗਿਆ। ਅਤੇ ਐਟ ਪ੍ਰੈਜੈਂਟ ਆਪਣੇ ਸੰਵਿਧਾਨ ਸਭਾ, ਆਪਣੇ ਲੋਕ ਸਭਾ ਦੇ ਕੁੱਲ 543 ਮੈਂਬਰ ਹੁੰਦੇ ਹੈ, ਜਿਹਦੇ 'ਚੋਂ 530 ਮੈਂਬਰ ਸਟੇਟਸ ਦੇ ਵਿੱਚੋਂ ਆਉਂਦੇ ਹੈ ਐਂਡ 13 ਹੁੰਦੇ ਜਿਹੜੇ ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ ਹੁੰਦੇ ਹੈ ਜੀ। ਆਪਣਾ ਅਗਲਾ ਕੁਸ਼ਚਨ ਹੈ ਜੀ, ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਨੋਮੀਨੇਟ ਕਰਦਾ ਹੈ ਜੀ? ਤਾਂ ਇਸਦਾ ਸਹੀ ਜਵਾਬ ਵੀ 12 ਹੈ ਜੀ। ਕੁੱਲ ਮੈਂਬਰ ਜਿਹੜੇ ਮੈਕਸੀਮਮ ਹੋ ਸਕਦੇ 250 ਹੁੰਦੇ ਆ ਜੀ, ਅਤੇ ਜਿਹੜੇ ਘੱਟ ਤੋਂ ਘੱਟ ਇਹਦੇ ਮੈਂਬਰ ਹੁੰਦੇ ਆ ਜੀ ਉਹ 245 ਹੈ। ਅਤੇ ਅੱਜ 245 ਹੀ ਹਨ ਜੀ, ਉਹਦੇ ਵਿੱਚੋਂ 12 ਨੇ ਜਿਹੜੇ ਰਾਸ਼ਟਰਪਤੀ ਨੋਮੀਨੇਟ ਕਰਦਾ ਜੀ। ਤਾਂ ਵੱਧਦੇ ਹਾਂ ਜੀ ਇੱਕ ਹੋਰ ਮਹੱਤਵਪੂਰਨ ਪ੍ਰਸ਼ਨ ਵੱਲ, ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੇ ਮੌਲਿਕ ਅਧਿਕਾਰ ਹੈ ਜੀ? ਪਹਿਲੀ ਆਪਸ਼ਨ ਹੈ ਜੀ 2, ਸੈਕਿੰਡ ਆਪਸ਼ਨ ਹੈ ਜੀ 3, ਥਰਡ ਆਪਸ਼ਨ ਹੈ ਜੀ 4 ਐਂਡ ਫੋਰਥ ਆਪਸ਼ਨ ਹੈ ਜੀ 6। ਤਾਂ ਇਸਦਾ ਸਹੀ ਜਵਾਬ ਹੈ ਜੀ ਆਪਸ਼ਨ 4, ਦੇਰ ਆਰ 6 ਫੰਡਾਮੈਂਟਲ ਰਾਈਟਸ ਇਨ ਦਾ ਇੰਡੀਅਨ ਕੋਨਸਟੀਟਿਊਸ਼ਨ। ਅਤੇ ਇਸ ਨੂੰ ਭਾਗ 3 ਦੇ ਵਿੱਚ, ਭਾਗ 3 ਦਾ ਨਾਮ ਹੀ ਤੁਸੀਂ ਸਮਝ ਲਓ ਵੀ ਮੌਲਿਕ ਅਧਿਕਾਰ ਹੈ, ਅਤੇ ਆਰਟੀਕਲ 12 ਤੋਂ 35 ਤੱਕ ਇਹ ਐਡ ਕੀਤੇ ਗਏ ਹੈ ਜੀ। ਕਿਹੜੇ ਕਿਹੜੇ ਨੇ ਜੀ? ਪਹਿਲਾ ਜੀ ਸਮਾਨਤਾ ਦਾ ਅਧਿਕਾਰ ਅਨੁਛੇਦ 14 ਤੋਂ 18 ਤੱਕ, ਦੂਸਰਾ ਜੀ ਸੁਤੰਤਰਤਾ ਦਾ ਅਧਿਕਾਰ ਅਨੁਛੇਦ 19 ਤੋਂ 22 ਤੱਕ, ਤੀਸਰਾ ਜੀ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਅਨੁਛੇਦ 23 ਤੋਂ 24 ਤੱਕ, ਅਤੇ ਚੌਥਾ ਹੈ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ 25 ਤੋਂ 28 ਤੱਕ, ਅਤੇ ਸੱਭਿਆਚਾਰ ਅਤੇ ਵਿੱਦਿਅਕ ਅਧਿਕਾਰ ਹੈ ਜੀ ਆਪਣੇ 29 ਤੋਂ 30, ਅਤੇ 6ਵਾਂ ਜੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆਰਟੀਕਲ 32। 11th ਕੁਸ਼ਚਨ ਹੈ ਜੀ, ਭਾਰਤੀ ਮੂਲ ਸੰਵਿਧਾਨ ਵਿੱਚ ਕੁੱਲ ਕਿੰਨੇ ਅਧਿਕਾਰ ਸਨ, ਮੌਲਿਕ ਅਧਿਕਾਰ ਸਨ? ਪਹਿਲੀ ਆਪਸ਼ਨ ਹੈ ਜੀ 10, ਸੈਕਿੰਡ ਆਪਸ਼ਨ ਹੈ ਜੀ 11, ਥਰਡ ਆਪਸ਼ਨ ਹੈ ਜੀ 7 ਐਂਡ ਫੋਰਥ ਆਪਸ਼ਨ ਹੈ ਜੀ 6। ਤਾਂ ਆਨਸਰ ਹੈ ਜੀ ਇਸਦਾ ਮੂਲ ਸੰਵਿਧਾਨ ਦੇ ਵਿੱਚ ਕੁੱਲ 7 ਮੌਲਿਕ ਅਧਿਕਾਰ ਸਨ। ਤਾਂ ਇੱਥੇ ਦੱਸਣਾ ਚਾਹੂੰਗਾ ਜਿਹੜਾ 44th ਅਮੈਂਡਮੈਂਟ ਹੋਈ ਸੀ 1978 ਦੇ ਵਿੱਚ ਮੋਰਾਰਜੀ ਦਸਾਈ ਦੇ ਸਮੇਂ, ਉਹਨਾਂ ਨੇ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਸੰਪੱਤੀ ਦੇ ਅਧਿਕਾਰ ਨੂੰ, ਰਾਈਟ ਟੂ ਪ੍ਰੋਪਰਟੀ ਨੂੰ ਹਟਾ ਕੇ ਇਸ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀ ਆਰਟੀਕਲ 300A ਦੇ ਤਹਿਤ। ਤਾਂ ਆਪਣਾ ਅਗਲਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਵਿੱਚ ਜੋ ਮੌਲਿਕ ਅਧਿਕਾਰ ਨੇ ਉਹ ਅਸੀਂ ਕਿਸ ਦੇਸ਼ ਤੋਂ ਪ੍ਰੇਰਿਤ ਹੋ ਕੇ ਆਪਣੇ ਸੰਵਿਧਾਨ 'ਚ ਐਡ ਕੀਤੇ ਹੈ ਜੀ? ਤਾਂ ਇਸਦਾ ਸਹੀ ਜਵਾਬ ਹੈ ਜੀ USA, ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਇਸ ਤੋਂ ਇਲਾਵਾ ਅਸੀਂ ਇਹਨਾਂ ਤੋਂ ਕੀ ਲਿਆ ਜੀ? ਜੁਡੀਸ਼ੀਅਲ ਰਿਵਿਊ, ਪ੍ਰੈਜ਼ੀਡੈਂਟ ਇੰਪੀਚਮੈਂਟ, ਪ੍ਰੈਜ਼ੀਡੈਂਟ ਨੂੰ ਇੱਕ ਹਟਾਉਣ ਦਾ ਵੇ ਹੈ ਜੀ ਇਹ, ਐਂਡ ਰਿਮੂਵਲ ਆਫ ਚੀਫ ਜਸਟਿਸ ਆਫ ਇੰਡੀਆ ਐਂਡ ਵਾਈਸ ਪ੍ਰੈਜ਼ੀਡੈਂਟ। ਅਤੇ ਯੂਨਾਈਟਿਡ ਕਿੰਗਡਮ ਤੋਂ ਕੀ ਲਿਆ ਜੀ ਆਪਾਂ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਸਿੰਗਲ ਸਿਟੀਜਨਸ਼ਿਪ ਐਂਡ ਪ੍ਰੈਜ਼ੀਡੈਂਟ ਪੋਸਟ। ਰਸ਼ੀਆ ਤੋਂ ਅਸੀਂ, ਰੂਸ ਤੋਂ ਕੀ ਪ੍ਰੇਰਿਤ ਹੋ ਕੇ ਲਿਆ ਜੀ? ਜਿਹੜੇ ਆਪਣੇ ਮੌਲਿਕ ਕਰਤੱਵ ਨੇ ਉਹਨਾਂ ਤੋਂ ਲਏ ਨੇ ਜੀ। ਆਇਰਲੈਂਡ ਤੋਂ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ, ਅਤੇ ਸਾਊਥ ਅਫਰੀਕਾ ਤੋਂ ਸੰਵਿਧਾਨ ਨੂੰ ਸੰਸ਼ੋਧਨ ਕਰਨ ਦੀ ਵਿਧੀ ਹੈ ਜਿਹੜੀ, ਅਸੀਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਲਈ ਹੈ ਜੀ। ਐਂਡ ਜਰਮਨੀ ਤੋਂ ਰਾਸ਼ਟਰਪਤੀ ਦੀ ਜਿਹੜੀ ਐਮਰਜੈਂਸੀ ਪਾਵਰਸ ਨੇ ਉਹ ਅਸੀਂ ਉਹਨਾਂ ਤੋਂ ਹੀ ਲਈਆਂ ਨੇ ਜੀ। 13th ਕੁਸ਼ਚਨ ਹੈ ਜੀ, ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੇ ਮੌਲਿਕ ਕਰਤੱਵ ਹੈ ਜੀ? ਤਾਂ ਇਸਦਾ ਜਵਾਬ ਹੈ ਜੀ 11 ਫੰਡਾਮੈਂਟਲ ਡਿਊਟੀਜ਼ ਆਪਣੇ ਸੰਵਿਧਾਨ ਦੇ ਵਿੱਚ ਦਰਜ ਹੈ ਜੀ। ਅਤੇ ਜੇ ਮੂਲ ਸੰਵਿਧਾਨ ਦੀ ਗੱਲ ਕਰਾਂ ਤਾਂ ਇਹ ਹੈ ਹੀ ਨਹੀਂ ਸੀ, 42ਵਾਂ ਸੰਸ਼ੋਧਨ ਹੋਇਆ ਸੀਗਾ ਜੀ 1976 ਦੇ ਵਿੱਚ, ਉਸ ਦੇ ਜ਼ਰੀਏ ਪਾਰਟ 4A ਦੇ ਜ਼ਰੀਏ ਆਰਟੀਕਲ
51A ਐਡ ਕੀਤਾ ਗਿਆ ਸੀ ਅਤੇ 10 ਮੌਲਿਕ ਕਰਤੱਵ ਐਡ ਕੀਤੇ ਸੀ ਜੀ, ਅਤੇ 86ਵਾਂ ਸੰਸ਼ੋਧਨ ਹੋਇਆ ਸੀਗਾ ਜੀ 2002 ਦੇ ਵਿੱਚ, ਉਦੋਂ 11ਵਾਂ ਮੌਲਿਕ ਕਰਤੱਵ ਐਡ ਕੀਤਾ ਗਿਆ ਸੀ, ਤਾਂ ਹੁਣ ਆਪਣੇ ਜਿਹੜੇ ਮੌਲਿਕ ਕਰਤੱਵ ਨੇ ਉਹ ਕੁੱਲ 11 ਨੇ ਜੀ। 14th ਕੁਸ਼ਚਨ ਹੈ ਜੀ, ਭਾਰਤ ਵਿੱਚ ਬਾਲਗ ਮਤ ਅਧਿਕਾਰ ਦੀ ਕਿੰਨੀ ਉਮਰ ਹੈ ਜੀ? ਇਸ ਦਾ ਸਹੀ ਜਵਾਬ ਹੈ ਜੀ 18। ਜਦੋਂ ਭਾਰਤੀ ਸੰਵਿਧਾਨ ਬਣਿਆ ਸੀ ਉਸ ਸਮੇਂ ਇਹ 21 ਸੀ, ਅਤੇ ਪਰੰਤੂ 1988 ਦੇ ਵਿੱਚ 61st ਅਮੈਂਡਮੈਂਟ ਹੋਈ, ਉਸ ਦੇ ਜ਼ਰੀਏ ਇਹ ਏਜ ਘਟਾ ਕੇ 21 ਸਾਲ ਤੋਂ 18 ਸਾਲ ਕਰ ਦਿੱਤੀ ਗਈ ਹੈ ਜੀ। ਬਾਲਗ ਮਤ ਅਧਿਕਾਰ ਦਾ ਮਤਲਬ ਹੁੰਦਾ ਬਿਨਾਂ ਕਿਸੇ ਜਾਤ ਪਾਤ ਲਿੰਗ ਦੇ ਆਧਾਰ 'ਤੇ ਵੋਟ ਦਾ ਭੁਗਤਾਨ ਕਰਨਾ ਜੀ। ਅਗਲਾ ਕੁਸ਼ਚਨ ਹੈ ਜੀ, ਭਾਰਤ ਵਿੱਚ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਸੀ? ਤਾਂ ਇਸ ਦਾ ਸਹੀ ਜਵਾਬ ਹੈ ਜੀ 4th ਆਪਸ਼ਨ, 1952 ਦੇ ਵਿੱਚ ਪਹਿਲੀ ਵਾਰ ਭਾਰਤ ਵਿੱਚ ਚੋਣਾਂ ਹੋਏ ਸੀ ਜੀ, ਅਤੇ ਇਹ ਲੋਕ ਸਭਾ ਦੇ ਚੋਣਾਂ ਵੀ ਸੀ ਅਤੇ ਪੂਰੇ ਜਿਹੜੀਆਂ ਜਿੰਨੀਆਂ ਵਿਧਾਨ ਸਭਾ ਹੈ ਉਹਨਾਂ ਦੇ ਸਾਰਿਆਂ ਦੇ ਚੋਣਾਂ ਇਕੱਠੇ ਕੀਤੇ ਗਏ ਸੀ ਜੀ। ਸੋ ਇਹ ਸੀ ਕੁਝ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜੋ ਕੱਲ੍ਹ ਅਸੀਂ ਟੌਪਿਕ ਕੀਤਾ ਸੀ ਉਸ ਨਾਲ ਰਿਲੇਟਿਡ। ਜੇ ਤੁਹਾਨੂੰ ਮੇਰੇ ਦੁਆਰਾ ਕੀਤਾ ਗਿਆ ਕੰਮ ਚੰਗਾ ਲੱਗਿਆ ਤਾਂ ਪਲੀਜ਼ ਲਾਈਕ ਕਰਨਾ, ਆਪਣੇ ਫਰੈਂਡਸ ਨਾਲ ਸ਼ੇਅਰ ਵੀ ਕਰਨਾ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਕਿ ਜੋ ਵੀ ਨਵੀਂ ਲੇਟੈਸਟ ਵੀਡੀਓ ਆਏ ਤੁਹਾਡੇ ਤੱਕ ਉਸਦਾ ਨੋਟੀਫਿਕੇਸ਼ਨ ਪਹੁੰਚ ਸਕੇ। ਥੈਂਕ ਯੂ ਫੋਰ ਵਾਚਿੰਗ।